ਜਿਵੇਂ ਮੰਨ ਲਓ ਆਪਾਂ ਜਿਹੜੀ ਮੈਂ ਪਹਿਲਾਂ ਵੀ ਦੱਸਿਆ ਸੀ ਆਪਾਂ ਮੀਟਿੰਗ ਆ ਜਿਹੜੀ ਇੱਕ ਫੀਮੇਲ ਦੇਖ ਕੇ ਹੀ ਮੀਟਿੰਗ ਕਰਾਉਂਦੇ ਆ ਵੀ ਜਿਹੜੀ ਆਪਾਂ ਨੂੰ ਪਸੰਦ ਆਵੇ ਫਿਰ ਉਹਨੂੰ ਡੋਗ ਆਪਾਂ ਸੁਜੈਸਟ ਕਰਦੇ ਹਾਂ ਵੀ ਇਹਨੂੰ ਇਹਦੇ ਨਾਲ ਮੈਟ ਕਰਾ ਵੀ ਵਧੀਆ ਕੰਬੀਨੇਸ਼ਨ ਇੱਥੇ ਬਣਦਾ ਉਹ ਜਿਹੜਾ ਕੰਬੀਨੇਸ਼ਨ ਆ ਜਾਂ ਉਹ ਆਪਣਾ ਇੱਕ ਸਿਸਟਮ ਆ ਉਹ ਜਦੋਂ ਆਪਾਂ ਬਣਾਉਂਦੇ ਹਾਂ ਤਾਂ ਇੱਕ ਸਮਝ ਲਓ ਵੀ ਜਿਹੜੇ ਨੇ ਆਪਣੇ ਤੋਂ ਫੀਮੇਲ ਮੀਟ ਕਰਾ ਲਈ ਉਹ ਬੰਦਾ ਫਰੀ ਮਾਇੰਡ ਆ ਉਹਨੂੰ ਆਪਾਂ ਇੱਕ ਗੱਲ ਕਹਿੰਦੇ ਭਾਈ ਬੱਚੇ ਸਾਂਭਣਾ ਤੇਰੇ ਕੰਮ ਆ ਅਤੇ ਇਹਨੂੰ ਸੇਲ ਦੀ ਟੈਨਸ਼ਨ ਨਹੀਂ ਹੈਗੀ ਭਾਈ ਇਹ ਜਿਹੜਾ ਹੈਗਾ ਨਾ ਗੱਦੀ ਦਾ ਅਤੇ ਬੱਖਰਵਾਲ ਦਾ ਕੰਮ ਇਹਦਾ ਗਰੁੱਪ 'ਚ ਹੀ ਹੁੰਦਾ ਕੰਮ ਇਹ ਤਾਂ ਮਤਲਬ ਜਦੋਂ ਆਪਾਂ ਜੇ ਇੱਕ ਮੇਰਾ ਘਰ ਕਹਾਂ ਮੇਰੇ ਘਰ ਦੇ ਵਿੱਚ ਇਸ ਟਾਈਮ 10 ਡੋਗ ਤਾਂ ਇੱਥੇ ਨੇ ਪਰ ਇਹ ਬਰੀਡ ਇੱਦਾਂ ਦੀ ਜੁਆਇੰਟ ਬਰੀਡ ਆ ਵੀ ਇਹ ਕਾਫੀ ਏਰੀਆ ਲੈਂਦੀ ਹੈ ਜਿਵੇਂ ਇੱਕ ਸਮਝ ਲਓ ਵੀ ਜਿੰਨਾ ਇੱਕ ਘੋੜੇ ਨੂੰ ਥਾਂ ਚਾਹੀਦਾ ਉਹਨਾਂ ਕੀ ਥਾਂ ਇੱਕ ਕੁੱਤੇ ਨੂੰ ਇਹਨੂੰ ਚਾਹੀਦਾ ਵਾ ਤਾਂ ਕਰਕੇ ਅਸੀਂ ਇੱਕ ਗਰੁੱਪ ਦੇ ਵਿੱਚ ਹੀ ਚੱਲ ਰਹੇ ਹਾਂ ਤਾਂ ਮੰਨ ਲਓ ਵੈਸੇ ਮੇਰੇ ਜੋ ਸਰਕਲ ਦੇ ਵਿੱਚ ਡੋਗ ਨੇ 20-25 ਡੋਗ ਨੂੰ ਹੈਂਡਲ ਕਰ ਰਿਹਾ ਮੈਂ ਸੇਲ ਵਾਲਾ ਪ੍ਰੋਸੈਸ ਆ ਨਾ ਜਿਹੜਾ ਜੀ ਇਹ ਇੱਕ ਬੜੀ ਵੱਡੀ ਗੇਮ ਆ ਇਹਦੇ 'ਚ ਬੱਚੇ ਦੇ ਕਈ ਚੀਜ਼ਾਂ ਦੇਖਣੇ ਪੈਂਦੀਆਂ ਨੇ ਮਾਂ ਪਿਓ ਕੁਆਲਿਟੀ ਕਲਰ ਤੇ ਮਾਰਕੀਟ ਕੀ ਚੱਲਦੀ ਆ ਹਨਾ ਮੈਂ ਕਹਿੰਦਾ ਬਈ ਕਈ ਫ੍ਰੀ 'ਚ ਵੀ ਦੇ ਦਿੰਦੇ ਨੇ ਹਨਾ ਬਹੁਤ ਫੋਨ ਹੁੰਦੇ ਬਈ ਇਹ ਤਾਂ ਇੰਨਾ ਰੇਟ ਨਹੀਂ ਹੁੰਦਾ ਬਈ ਗੱਲ ਇੱਦਾਂ ਰੇਟ ਦੀ ਨਹੀਂ ਹੁੰਦੀ ਹਾਂ ਇੱਕ ਤਾਂ ਇਹ ਆ ਵੀ ਆਪਾਂ ਮਿਹਨਤ ਸਭ ਤੋਂ ਪਿੱਛੇ ਆਪਾਂ ਜਿਹੜੀ ਮੇਨ ਚੀਜ਼ ਆਪਾਂ ਮਿਹਨਤ ਵੀ ਇੱਥੇ ਇੱਕ ਲੱਗਦੀ ਆ ਹਨਾ ਵੀ ਆਪਾਂ ਕਿਸੇ ਨੇ ਕਿੰਨਾ ਕੁ ਮੱਥਾ ਮਾਰਿਆ ਇਸ ਚੀਜ਼ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇਸ ਸਮੇਂ ਦੋਸਤੋ ਆਪਾਂ ਖੜਿਆਂਗੇ ਵੱਖਰਵਾਲ ਕੈਨਲ ਦੇ ਵਿੱਚ ਬਾਈ ਪਰਮਿੰਦਰ ਸਿੰਘ ਹੋਰਾਂ ਕੋਲ ਆਪਾਂ ਪਹੁੰਚੇ ਹੋਏ ਹਾਂ ਜਿਹੜੇ ਕਿ ਗੱਦੀ ਅਤੇ ਬੱਖਰਵਾਲ ਡੋਗ ਦੀ ਬਰੀਡ ਦੇ ਉੱਤੇ ਬਹੁਤ ਸੋਹਣਾ ਕੰਮ ਕਰ ਰਹੇ ਨੇ ਪਿੱਛੇ ਇਹਨਾਂ ਨੇ ਸੋ ਵੀ ਕਰਾਇਆ ਸੀ ਬਰਨਾਲੇ ਦੇ ਵਿੱਚ ਬਹੁਤ ਵਧੀਆ ਰਿਸਪੌਂਸ ਵੀ ਮਿਲਿਆ ਇਸ ਬਰੀਡ 'ਤੇ ਕਿਉਂ ਕੰਮ ਕਰ ਰਹੇ ਨੇ ਕੀ ਗੱਲਬਾਤ ਆ ਉਹਨਾਂ ਦੇ ਨਾਲ ਹੀ ਆਪਾਂ ਜ਼ਿਆਦਾ ਗੱਲਬਾਤ ਕਰਨੀ ਹੈ ਆਓ ਕੈਨਲ ਦੇ ਵਿੱਚ ਚੱਲਦੇ ਹਾਂ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਬਣੇ ਰਹਿਣਾ ਤੁਸੀਂ ਵੀਡੀਓ ਦੇ ਵਿੱਚ ਅਤੇ ਅਖੀਰ ਤੱਕ ਸ਼ੇਅਰ ਜ਼ਰੂਰ ਕਰਨਾ ਵੀਡੀਓ ਨੂੰ ਅਤੇ ਸ਼ੇਰਾਂ ਵਰਗੇ ਡੋਗ ਤੁਹਾਡੀ ਨਜ਼ਰ ਆਪਾਂ ਕਰਨ ਲੱਗੇ ਹਾਂ ਪਰਮਿੰਦਰ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਨੇ ਜੀ ਹਾਲ ਚਾਲ ਬਹੁਤ ਵਧੀਆ ਤੁਸੀਂ ਸੁਣਾਓ ਬਸ ਸਭ ਵਧੀਆ ਜੀ ਵੈਲਕਮ ਆ ਜੀ ਤੁਹਾਡਾ ਦੁਬਾਰਾ ਅਤੇ ਸਵਾਗਤ ਹੈ ਜੀ ਅੱਜ ਆਪਾਂ ਦੁਬਾਰਾ ਤੋਂ ਫਿਰ ਇੱਕ ਵੀਡੀਓ ਕਰਦੇ ਹਾਂ ਜੀ ਜਿਹਦੇ ਵਿੱਚ ਆਪਾਂ ਕੁਛ ਨਵੇਂ ਡੋਗ ਅਤੇ ਕੁਛ ਕੁ ਹੋਰ ਜੋ ਗੱਲਾਂ ਰਹਿੰਦੀਆਂ ਨੇ ਉਹ ਕਰਨ ਦੀ ਟਰਾਈ ਕਰਦੇ ਹਾਂ ਜੀ ਅੱਜ ਚਲੋ ਆਪਾਂ ਵੀਡੀਓ ਸ਼ੁਰੂ ਕਰ ਹੀ ਲੈਂਦੇ ਹਾਂ ਨਾ ਇੱਥੇ ਅਤੇ ਬਾਈ ਐਂ ਦੱਸੋ ਵੀ ਪਹਿਲਾਂ ਦਾ ਰਿਸਪੌਂਸ ਕਿਸ ਤਰ੍ਹਾਂ ਦਾ ਰਿਹਾ ਬਾਈ ਰਿਸਪੌਂਸ ਇਹ ਮੰਨ ਲਓ ਵੀ ਮੈਂ ਤੁਹਾਨੂੰ ਇੱਕ ਸਭ ਤੋਂ ਵੱਡਾ ਇੱਕ ਤੁਹਾਡਾ ਧੰਨਵਾਦੀ ਇਸੇ ਗੱਲ ਦਾ ਵੀ ਜਿਹੜੀ ਆਪਾਂ ਪੁਰਾਣੀ ਵੀਡੀਓ ਬਣਾਈ ਸੀ ਮੈਨੂੰ ਲੱਗਦਾ ਵੀ ਗੱਦੀਆਂ 'ਚ ਦੁਬਾਰਾ ਲਹਿਰ ਉਸ ਵੀਡੀਓ ਨਾਲ ਹੀ ਆਈ ਹੈ ਜੀ ਠੀਕ ਹੈ ਉਹ ਵੀਡੀਓ ਬਣਨ ਤੋਂ ਬਾਅਦ ਤੁਸੀਂ ਦੇਖਿਆ ਉਹ ਬਹੁਤ ਕੁਛ ਚੇਂਜ ਹੋ ਗਿਆ ਜੀ ਪੰਜਾਬ ਦੇ ਵਿੱਚ ਜਿਹੜਾ ਮੈਂ ਕਹਿੰਦਾ ਤੁਹਾਨੂੰ ਸ਼ਾਇਦ ਲਾਸਟ ਵੀਡੀਓ 'ਚ ਕਿਹਾ ਸੀ ਗੱਦੀ ਵਿਕਦਾ ਬਹੁਤ ਘੱਟ ਆ ਸਭ ਤੋਂ ਵੱਧ ਹੁਣ ਪੰਜਾਬ 'ਚ ਵਿਕਣ ਲੱਗ ਗਿਆ ਸ਼ੋਅ ਵੀ ਆਪਾਂ ਕਰਾ ਚੁੱਕੇ ਹਾਂ ਹੋ ਗਏ ਦੂਰ ਛੱਡੋ ਬਾਈ ਹਨੇਰੀ ਵੀ ਆ ਗਈ ਇੱਕ ਕਹਿੰਦੇ ਹੁੰਦੇ ਨਾ ਵੀ ਇੱਕ ਪੜਾਈ ਬਦਲ ਗਿਆ ਸਿਸਟਮ ਵੀ ਬਦਲ ਗਿਆ ਸਾਰਾ ਤੇ ਹਰ ਪੱਖੋਂ ਸ਼ੋਅ ਵੀ ਹੋਣ ਲੱਗ ਗਏ ਇਹ ਤੋਂ ਇਲਾਵਾ ਬਰੀਡਿੰਗ ਵੀ ਬਹੁਤ ਹੋਣ ਲੱਗ ਗਈ ਤੇ ਰੁਝਾਨ ਵੀ ਵੱਧ ਗਿਆ ਤੇ ਮਤਲਬ ਇੱਕ ਕਹਿੰਦੇ ਨੇ ਵੀ ਚਮਕ ਵੀ ਉੱਤੋਂ ਰੇਤਾ ਜਿਹੜੀ ਧੂਲ ਜੰਮੀ ਸੀ ਨਾ ਉਹ ਇੱਕ ਵੀਡੀਓ ਤੁਹਾਡੀ ਇੱਕ ਇੱਦਾਂ ਦੀ ਵੀਡੀਓ ਬਣੀ ਕੁਦਰਤ ਵੱਲੋਂ ਚਲੋ ਆਪਾਂ ਐਡਾ ਸੋਚਿਆ ਨਹੀਂ ਸੀ ਜਿੰਨੀ ਉਹ ਚੱਲ ਗਈ ਅਤੇ ਜਿੰਨਾ ਉਹਨੇ ਸਿਸਟਮ ਖੜਾ ਕਰਤਾ ਜੀ ਅਤੇ ਬਹੁਤ ਚੰਗਾ ਰਿਸਪੌਂਸ ਅਤੇ ਬਹੁਤ ਚੰਗਾ ਲੱਗਿਆ ਤਾਂ ਹੀ ਆਪਾਂ ਚਲੋ ਕੁਛ ਹੋਰ ਟਰਾਈ ਕਰਨ ਦੀ ਕੋਸ਼ਿਸ਼ ਕਰਦੇ ਹਾਂ ਬਰੀਡ ਨੂੰ ਲੈ ਕੇ ਕੀ ਸੁਪਨਾ ਗਾ ਫਿਰ ਅੱਜ ਬਾਈ ਜੀ ਬਰੀਡ ਨੂੰ ਲੈ ਕੇ ਸੁਪਨਾ ਮੇਰਾ ਇੱਕੋ ਇੱਕ ਸੁਪਨਾ ਜੀ ਵੀ ਮੈਂ ਇਹ ਦੇਖਣਾ ਚਾਹੁੰਦਾ ਵੀ ਕਿਸੇ ਦਿਨ ਇਹ ਬਰੀਡ ਜਿੱਦਣ ਇਹ ਲਾਈਨਅਪ ਜਿੱਤੇ ਕੇਸੀ ਦੇ ਸ਼ੋਅ 'ਚੋਂ ਜਾਣੀ ਕਿ ਕਿਸੇ ਵੀ ਆਲ ਬਰੀਡ ਦੇ ਸ਼ੋਅ 'ਚੋਂ ਜਿੱਥੇ ਸਾਰੀਆਂ ਬਰੀਡਾਂ ਹੋਣ ਉੱਥੋਂ ਕੋਈ ਤਾਂ ਗੱਦੀ ਬਰੀਡ ਜਿਹੜੀ ਕੋਈ ਲਾਈਨਅਪ ਦੇ ਵਿੱਚੋਂ ਜਿਹੜੀ ਵੱਡੀ ਟਰੋਫੀ ਲੈ ਕੇ ਆਵੇ ਨਾ ਵੀ ਲਾਈਨਅਪ ਦੇ ਪਹਿਲੇ ਦੂਜੇ ਤੀਜੇ ਨੰਬਰ 'ਤੇ ਕਿਤੇ ਵੀ ਆਉਂਦੀ ਆ ਉੱਧਰ ਲੱਗੂ ਵੀ ਹਾਂਜੀ ਕੁਛ ਅਸੀਂ ਹਾਸਲ ਕਰ ਚੁੱਕੇ ਹਾਂ ਠੀਕ ਹੈ ਅਤੇ ਜਿਹੜੀ ਗੱਲਬਾਤ ਇਹ ਆਪਾਂ ਸ਼ੋਅ ਵੀ ਕਰਾਇਆ ਸੀ ਨਾ ਬਰਨਾਲੇ ਦੇ ਵਿੱਚ ਹਾਂਜੀ ਕਿੰਨਾ ਕੁ ਸਫਲ ਰਿਹਾ ਸਫਲ ਤਾਂ ਬਾਈ ਜੀ ਜਿੰਨੀ ਉਮੀਦ ਸੀ ਉਦੋਂ ਕਈ ਗੁਣਾ ਵੱਧ ਇੱਕ ਤਾਂ ਦੇਖੋ ਉੱਥੇ ਡੋਗ ਸਾਡੀ ਇਹ ਸੀਗੀ ਵੀ ਚਲੋ 100 ਕੁ ਜੇ ਬਹੁਤ ਆ 200 ਡੋਗ ਸੀਗਾ ਦੂਜੀ ਗੱਲ ਸਾਨੂੰ ਇਹ ਸੀ ਚਲੋ ਡੋਗ ਆ ਜਾਣਗੇ ਵੀ ਐਂਟਰੀ ਨਹੀਂ ਹੋਣੀ ਹੈਗੀ ਕਿਉਂਕਿ ਲੋਕ ਨਵੇਂ ਨੇ ਅਗਲਾ ਹਰੇਕ ਹੀ ਝੁਝਕਦਾ ਵੀ ਯਾਰ ਕਿੱਥੇ ਹੈ ਨਾ ਚਲੋ ਲੋਕਾਂ ਨੇ ਬਹੁਤ ਵਧੀਆ ਬਈ ਸਾਰਾ ਰਿਸਪੌਂਸ ਦਿੱਤਾ ਸਾਥ ਦਿੱਤਾ ਅਤੇ ਮੈਨੂੰ ਲੱਗਦਾ ਵੀ 200 ਕੁੱਤਾ ਰਿੰਗ ਵਾਸਤੇ ਸੀਗਾ ਇੱਕ ਸਪੈਸ਼ਲਿਟੀ ਦੇ ਵਿੱਚ ਬਹੁਤ ਵੱਡੀ ਗੱਲ ਹੈ ਜਿਹੜੀ ਕਿ ਪਹਿਲੀ ਵਾਰੀ ਹੋਈ ਹੈ 200 ਕੁੱਤਾ ਇਹ ਤੋਂ ਇਲਾਵਾ ਜੀ ਆਪਣੇ ਚਲੋ ਚੀਫ ਗੈਸਟ ਸਾਹਿਬ ਨੇ ਜਦ ਕਿ ਬਹੁਤ ਵੱਡੀ ਸ਼ਖਸੀਅਤ ਨੇ ਉਹ ਇਸ ਟਾਈਮ ਵਰਲਡ ਵਾਈਡ ਦੇ ਵਿੱਚ ਉਹਨਾਂ ਨੇ ਆਪਣਾ ਨਾਮ ਚਮਕਾਇਆ ਹੋਇਆ ਜੀ ਸਰਦਾਰ ਨੇ ਆਪਣੇ ਸਰਦਾਰ ਹਿੰਮਤ ਸਿੰਘ ਸਿੱਖੋਂ ਅੰਮ੍ਰਿਤਸਰ ਤੋਂ ਨੇ ਉਹਨਾਂ ਦਾ ਇਹ ਮੰਨ ਕੇ ਚਲੋ ਵੀ ਬਾਹਰਲੀਆਂ ਕੰਟਰੀਆਂ ਦੇ ਵਿੱਚ ਵੀ ਡੋਗ ਉਹਨਾਂ ਦੇ ਵਿਨ ਹੁੰਦੇ ਨੇ ਟੀਐਮ ਬਹੁਤ ਵੱਡਾ ਰੁਤਬਾ ਉਹਨਾਂ ਦਾ ਉਹਨਾਂ ਨੇ ਅਸਲੀ ਅਸੀਂ ਉਦੋਂ ਹੀ ਚਲੋ ਆਪਦੀ ਇੱਕ ਪ੍ਰਾਪਤੀ ਸਮਝਦੇ ਹਾਂ ਜਦੋਂ ਉਹਨਾਂ ਨੇ ਸਾਡੇ ਸ਼ੋਅ ਵਾਸਤੇ ਐਜ਼ ਏ ਚੀਫ ਗੈਸਟ ਸਾਨੂੰ ਹਾਮੀ ਭਰੀ ਜੀ ਵੀ ਪਹੁੰਚਣੇ ਉਹ ਅਤੇ ਉਹ ਆਏ ਅਤੇ ਬਹੁਤ ਖੁਸ਼ ਹੋਏ ਅਤੇ ਉਹ ਤੋਂ ਬਾਅਦ ਵੀ ਚਲੋ ਹੁਣ ਉਹਨਾਂ ਨੂੰ ਵੀ ਚੰਗਾ ਲੱਗਿਆ ਵੀ ਲੋਕ ਹੁੰਗਾਰਾ ਦਿੰਦੇ ਨੇ ਤਾਂ ਹੁਣ ਤਾਂ ਉਹਨਾਂ ਨਾਲ ਵੀ ਇਸ ਟੋਪਿਕ 'ਤੇ ਥੋੜ੍ਹੀ ਬਹੁਤ ਗੱਲਬਾਤ ਚੱਲਦੀ ਰਹਿੰਦੀ ਆ ਵੀ ਆਪਾਂ ਨੈਕਸਟ ਸ਼ੋਅ ਕਰਾਵਾਂਗੇ ਉਹਦੀ ਯਾਨੀ ਕਿ ਪਲੈਨਿੰਗ ਹੁਣ ਤੋਂ ਸ਼ੁਰੂ ਹੋਣ ਲੱਗ ਗਈ ਕੁਛ ਤੋਂ
ਹੋਰ ਵਧੀਆ ਕਰਨ ਲਈ ਟਰਾਈ ਕਰਾਂਗੇ ਜੀ। ਮਤਲਬ ਕੁੱਲ ਮਿਲਾ ਕੇ ਇਹ ਆ ਵੀ ਸਾਨੂੰ ਜਿੰਨੀ ਉਮੀਦ ਸੀ ਉਹਦੇ ਨਾਲ ਕਈ ਗੁਣਾ ਵੱਧ ਸਕਸੈਸਫੁਲ ਰਿਹਾ। ਚਲੋ ਬਾਈ ਹੁਣ ਐਂ ਦੱਸੋ ਵੀ ਆਪਣੇ ਕੋਲ ਜਿਹੜੇ ਗੱਦੀ ਡੌਗ ਹੈ ਰਹਿ ਗਏ, ਇੱਕ ਆਪਣੇ ਕੋਲ ਵੱਖਰਵਾਲ ਹੈ ਨਾ, ਆਪਣੇ ਕੋਲ ਵੀਰ ਜੀ ਦੋ ਹੀ ਬਰੀਡਾਂ ਨੇ, ਤੀਜੀ ਬਰੀਡ TM ਆਪਣੇ ਇੱਕ ਸੈਪਰੇਟ ਕੈਨਲ ਆ ਨਾਲ ਹੀ ਆਪਣੇ ਆਪਣਾ ਹੀ ਆ ਕੈਨਲ, ਯਾਨੀ ਕਿ ਦੂਜੀ ਜਗ੍ਹਾ 'ਤੇ ਆ ਜੀ, ਉੱਥੇ TM ਦਾ ਹਜੇ ਕੰਮ ਥੋੜ੍ਹਾ ਛੋਟਾ, ਜ਼ਿਆਦਾ ਮੇਨ ਆਪਣਾ ਗੱਦੀ ਅਤੇ ਵੱਖਰਵਾਲ 'ਤੇ ਮੇਰਾ ਤਾਂ ਜ਼ਿਆਦਾ ਟਾਰਗੇਟ ਇਹ 200 ਬਰੀਡਾਂ 'ਤੇ। ਕਿੰਨੇ ਡੌਗ ਨੇ ਇਸ ਟਾਈਮ ਬਾਈ? ਇਹ ਜਿਹੜਾ ਹੈਗਾ ਨਾ ਗੱਦੀ ਦਾ ਅਤੇ ਵੱਖਰਵਾਲ ਦਾ ਕੰਮ, ਇਹਦਾ ਗਰੁੱਪ 'ਚ ਹੀ ਹੁੰਦਾ ਕੰਮ ਇਹ, ਤਾਂ ਮਤਲਬ ਜਦੋਂ ਆਪਾਂ ਜੇ ਇੱਕ ਮੇਰਾ ਘਰ ਕਹਾਂ, ਮੇਰੇ ਘਰ ਦੇ ਵਿੱਚ ਇਸ ਟਾਈਮ 10 ਡੌਗ ਤਾਂ ਇੱਥੇ ਨੇ, ਪਰ ਇਹ ਬਰੀਡ ਇੱਦਾਂ ਦੀ ਜੁਆਇੰਟ ਬਰੀਡ ਆ ਵੀ ਇਹ ਕਾਫੀ ਏਰੀਆ ਲੈਂਦੀ ਹੈ, ਜਿਵੇਂ ਇੱਕ ਸਮਝ ਲਓ ਵੀ ਜਿੰਨਾ ਇੱਕ ਘੋੜੇ ਨੂੰ ਥਾਂ ਚਾਹੀਦਾ ਉਹਨਾਂ ਦੀ ਥਾਂ ਇੱਕ ਕੁੱਤੇ ਨੂੰ ਇਹਨੂੰ ਚਾਹੀਦਾ ਵਾ, ਤਾਂ ਕਰਕੇ ਅਸੀਂ ਇੱਕ ਗਰੁੱਪ ਦੇ ਵਿੱਚ ਹੀ ਚੱਲ ਰਹੇ ਹਾਂ। ਤਾਂ ਮੰਨ ਲਓ ਵੈਸੇ ਮੇਰੇ ਜੋ ਸਰਕਲ ਦੇ ਵਿੱਚ ਡੌਗ ਨੇ 20-25 ਡੌਗ ਨੂੰ ਹੈਂਡਲ ਕਰ ਰਿਹਾ ਮੈਂ, ਜਿਨ੍ਹਾਂ ਦੀ ਕੋਈ ਬਰੀਡਿੰਗ ਮੀਟਿੰਗ ਜਾਂ ਪੱਪੀ ਜਾਂ ਕੁਛ ਵੀ ਆ ਉਹ ਆਪਣੇ ਥਰੂ ਹੀ ਹੁੰਦੇ ਨੇ, ਅਤੇ ਆਲਮੋਸਟ ਇਹ ਆ ਵੀ ਆਪਾਂ ਇੱਕ ਗਰੁੱਪ ਦੇ ਵਿੱਚ ਹੀ ਕੰਮ ਕਰਦੇ ਹਾਂ ਅਸੀਂ ਸਾਰੇ, ਚਲੋ ਵੀਰ ਭਾਈ ਸਾਰੇ ਰਲੇ ਹਾਂ, ਅਤੇ ਤਾਂ ਕਰਕੇ ਚਲੋ ਆਪਾਂ ਨੂੰ ਵੀ ਫਾਇਦਾ ਵਾ, ਕਿਉਂਕਿ ਬਰੀਡ ਇਹ ਤਾਂ ਹੈ ਨਹੀਂ ਵੀ ਇੱਕ ਕੁੱਤੀ ਨੇ ਹੀ ਚੰਗੇ ਬੱਚੇ ਕੱਢਣੇ ਨੇ, ਇਹ ਕੰਬੀਨੇਸ਼ਨ ਬਣਾਉਣੇ ਪੈਂਦੇ ਆ, ਕੁਛ ਨਹੀਂ ਪਤਾ ਕਿਹੜੇ ਕੰਬੀਨੇਸ਼ਨ 'ਚ ਕਿੱਥੇ ਸਿਰਾ ਲੱਗ ਜੇ, ਤਾਂ ਕਰਕੇ ਜੀ ਆਪਾਂ ਮਤਲਬ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰਾਂਗੇ ਜਿੰਨੇ ਦਿਖਾਏ ਜਾਣ, ਬਾਕੀ ਆਪਣਾ ਇੰਸਟਾਗ੍ਰਾਮ ਜਾਂ ਫੇਸਬੁੱਕ 'ਤੇ ਆਪਣਾ ਯੂਟਿਊਬ 'ਤੇ ਚੈਨਲ ਹੈਗਾ ਜੀ ਵੱਖਰਵਾਲ ਡੌਗ ਕੈਨਲ, ਅਤੇ ਉੱਥੇ ਆਪਦਾ ਜੇ ਕਿਸੇ ਨੇ ਮਤਲਬ ਸਾਡਾ ਜ਼ਿਆਦਾ ਡਾਟਾ ਦੇਖਣਾ ਵਾ ਤਾਂ ਉੱਥੇ ਆਲਮੋਸਟ 250-300 ਮਤਲਬ ਫੋਟੋ ਪਈ ਆ, ਅਤੇ ਉੱਥੋਂ ਬੰਦਾ ਫੋਟੋਆਂ ਵਗੈਰਾ ਉੱਥੋਂ ਵੀ ਦੇਖ ਸਕਦਾ, ਬਾਕੀ ਜਿੰਨੇ ਕੁ ਦਿਖਾ ਸਕੇ ਕੁਛ ਕੱਜ ਆਪਾਂ ਲਾਈਵ ਵੀ ਦਿਖਾਵਾਂਗੇ, ਕਿਉਂਕਿ ਕੁਛ ਕੁੱਤੀਆਂ ਸੂਈਆਂ ਹੋਈਆਂ ਨੇ। ਇੱਕ ਗੱਲ ਹੋਰ ਤਾਂ ਹੋਰ ਕਰਨੀ ਹੈ ਨਾ ਬਾਈ ਆਪਾਂ ਨੇ, ਵੀ ਇੱਕ ਆਪਾਂ ਕਹਿੰਦੇ ਹੁੰਦੇ ਬਰੀਡ 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 ਹੈ ਨਾ, ਬਰੀਡ ਕਰਨ ਦਾ ਕਿੰਨਾ ਕੁ ਫਾਇਦਾ ਹੁੰਦਾ ਕਿ ਯਾਰ ਗੱਲਾਂ ਹੀ ਹੁੰਦੀਆਂ ਨੇ ਗੀਆਂ ਬਾਈ? ਫਾਇਦਾ ਤਾਂ ਬਹੁਤ ਆ, ਫਾਇਦਾ ਤਾਂ ਇੱਦਾਂ ਵਾ, ਬਾਕੀ ਨਾ ਇਹ ਗੱਲ ਪਤਾ ਕਿਉਂ ਪੁੱਛੀ, ਇਹ ਤਾਂ ਪੁੱਛੀ ਕਿਉਂਕਿ ਆਪਾਂ ਕਹਿੰਦੇ ਵੀ ਵਧੀਆ ਆਪਾਂ ਤੁਸੀਂ ਕਹਿੰਦੇ ਮੰਨ ਕੇ ਚਲੋ ਤੁਹਾਡੇ ਤੀ ਲਿਆ ਕੇ ਗੱਲ ਕਰਦੇ ਹਾਂ ਵੀ ਕਿੰਨੇ ਮਤਲਬ ਕਿ ਰੁਪਈਆਂ ਦਾ ਬੱਚਾ ਸੇਲ ਕਰ ਦਿਓਗੇ 2-3 ਮਹੀਨਿਆਂ ਦਾ? ਲਓ ਦੇਖੋ ਵੀਰੇ, ਸੇਲ ਵਾਲਾ ਪ੍ਰੋਸੈਸ ਆ ਨਾ ਜਿਹੜਾ ਜੀ, ਇਹ ਇੱਕ ਬੜੀ ਵੱਡੀ ਗੇਮ ਆ, ਇਹਦੇ 'ਚ ਬੱਚੇ ਦੇ ਕਈ ਚੀਜ਼ਾਂ ਦੇਖਣੀਆਂ ਪੈਂਦੀਆਂ ਨੇ, ਮਾਂ ਪਿਓ, ਕੁਆਲਿਟੀ, ਕਲਰ ਅਤੇ ਮਾਰਕੀਟ ਕੀ ਚੱਲਦੀ ਆ, ਹੈ ਨਾ। ਕਈ ਬੱਚੇ 5-5 ਹਜ਼ਾਰ ਦੇ ਹੀ ਵੇਚੇ, ਮੈਂ ਕਹਿੰਦਾ ਬਾਈ ਕਈ ਫ੍ਰੀ 'ਚ ਵੀ ਦੇ ਦਿੰਦੇ ਨੇ, ਹੈ ਨਾ, ਬਹੁਤ ਫੋਨ ਦੇ ਬਾਈ ਇਹ ਤਾਂ ਇੰਨਾ ਰੇਟ ਨਹੀਂ ਹੁੰਦਾ ਬਾਈ, ਗੱਲ ਇੱਦਾਂ ਰੇਟ ਦੀ ਨਹੀਂ ਹੁੰਦੀ। ਹਾਂ, ਇੱਕ ਤਾਂ ਇਹ ਆ ਵੀ ਆਪਾਂ ਮਿਹਨਤ, ਸਭ ਤੋਂ ਪਿੱਛੇ ਆਪਾਂ ਜਿਹੜੀ ਮੇਨ ਚੀਜ਼ ਆਪਾਂ ਮਿਹਨਤ ਵੀ ਇਹ 'ਚ ਇੱਕ ਲੱਗਦੀ ਆ, ਹੈ ਨਾ, ਵੀ ਆਪਾਂ ਕਿਸੇ ਨੇ ਕਿੰਨਾ ਕੁ ਮੱਥਾ ਮਾਰਿਆ ਇਸ ਚੀਜ਼ 'ਤੇ, ਉਹ ਚੀਜ਼ 'ਤੇ ਵੀ ਇੱਕ ਰੇਟ ਮੈਟਰ ਕਰਦਾ। ਚਲੋ, ਉਹ ਤੋਂ ਬਾਅਦ ਗੱਲ ਇਹ ਆ ਜੀ, ਆਪਣਾ ਇੱਕ ਸਰਕਲ ਰੱਖਿਆ ਹੋਇਆ ਆਪਾਂ, ਮੈਂ ਜਿਵੇਂ ਤੁਹਾਨੂੰ ਦੱਸਿਆ ਵੀ ਇੱਕ ਆਪਾਂ ਗਰੁੱਪ 'ਚ ਹਾਂ, ਮੇਰੇ ਇਹ ਅਸੂਲ ਆ ਜੀ, ਮਤਲਬ ਜਿਹੜੇ ਮੇਰੇ ਗਰੁੱਪ ਦੇ ਬੰਦੇ ਨੇ ਨਾ ਜਾਂ ਮੇਰੇ ਨਾਲ ਜਿਹੜੇ ਬੰਦੇ ਅਟੈਚ ਨੇ, ਜਿਵੇਂ ਮੰਨ ਲਓ ਆਪਾਂ ਜਿਹੜੀ ਮੈਂ ਪਹਿਲਾਂ ਵੀ ਦੱਸਿਆ ਸੀ ਆਪਾਂ ਮੀਟਿੰਗ ਆ ਜਿਹੜੀ ਇੱਕ ਫੀਮੇਲ ਦੇਖ ਕੇ ਹੀ ਮੀਟਿੰਗ ਕਰਾਉਂਦੇ ਹਾਂ ਵੀ ਜਿਹੜੀ ਆਪਾਂ ਨੂੰ ਪਸੰਦ ਆਵੇ, ਫਿਰ ਉਹਨੂੰ ਡੌਗ ਆਪਾਂ ਸੁਜੈਸਟ ਕਰਦੇ ਹਾਂ ਵੀ ਇਹਨੂੰ ਇਹਦੇ ਨਾਲ ਮੈਟ ਕਰਾ ਵੀ ਵਧੀਆ ਕੰਬੀਨੇਸ਼ਨ ਇੱਥੇ ਬਣਦਾ। ਉਹ ਜਿਹੜਾ ਕੰਬੀਨੇਸ਼ਨ ਆ ਜਾਂ ਉਹ ਆਪਣਾ ਇੱਕ ਸਿਸਟਮ ਆ, ਉਹ ਜਦੋਂ ਆਪਾਂ ਬਣਾਉਂਦੇ ਹਾਂ ਤਾਂ ਇੱਕ ਸਮਝ ਲਓ ਵੀ ਜਿਹੜੇ ਨੇ ਆਪਣੇ ਤੋਂ ਫੀਮੇਲ ਮੀਟ ਕਰਾ ਲਈ ਉਹ ਬੰਦਾ ਫਰੀ ਮਾਇੰਡ ਆ, ਉਹਨੂੰ ਆਪਾਂ ਇੱਕ ਗੱਲ ਕਹਿੰਦੇ ਭਾਈ ਬੱਚੇ ਸਾਂਭਣਾ ਤੇਰੇ ਕੰਮ ਆ, ਅਤੇ ਇਹਨੂੰ ਸੇਲ ਦੀ ਟੈਨਸ਼ਨ ਨਹੀਂ ਹੈਗੀ। ਠੀਕ ਹੈ, ਉਹ ਆਪਾਂ ਆਪਦੇ ਜ਼ਿੰਮੇਵਾਰੀ, ਮੈਂ ਆਪਦੀ ਜ਼ਿੰਮੇਵਾਰੀ ਸਮਝ ਕੇ ਵੀ ਇਹ ਮੇਰੀ ਜ਼ਿੰਮੇਵਾਰੀ ਆ, ਉਹ ਸਾਰੇ ਆਪਾਂ ਆਪਦੇ ਥਰੂ ਸੇਲ ਕਰਾਉਂਦੇ ਹਾਂ ਜੀ। ਠੀਕ ਹੈ, ਉਹ ਤੋਂ ਇਲਾਵਾ ਜੇ ਉਹਨੇ ਕੁਛ ਵੀ ਕੋਈ ਮੈਡੀਕਲ ਕੁਛ ਵੀ ਉਹ ਥੋੜ੍ਹਾ ਬਹੁਤ ਲੋ ਜਿੰਨਾ ਕੁ ਆਪਾਂ ਕਰ ਸਕਦੇ ਹਾਂ ਉਹਦੀ ਹੈਲਪ ਕਰ ਦੇਈਦੀ ਆ। ਮੰਨ ਲਓ ਕੋਈ ਆਪਣੇ ਤੋਂ ਫੀਮੇਲ ਲੈਂਦਾ, ਇੱਕ ਨਾ ਬਰੀਡਿੰਗ ਦੇ ਵਿੱਚ ਸਾਰੇ ਕੰਮ ਸੌਖੇ ਨੇ, ਸੌਖੇ ਤਾਂ ਚਲੋ ਥੋੜ੍ਹਾ ਬਹੁਤ ਮਿਹਨਤ ਤਾਂ ਹੁੰਦੀ ਆ, ਵੀ ਇੱਕ ਕੰਮ ਸਭ ਤੋਂ ਟਫ ਹੁੰਦਾ ਜੀ ਬੱਚਾ ਸੇਲ ਕਰਨਾ, ਕਿਉਂਕਿ ਇਹਨਾਂ ਦਾ ਖਰਚਾ ਵੀ ਵੱਧ ਜਾਂਦਾ ਅਤੇ ਸੇਲ ਕਰਨਾ ਇੱਕ ਬਹੁਤ ਵੱਡਾ ਇੱਕ ਚੈਲੇਂਜ ਹੁੰਦਾ ਵਾ, ਅਤੇ ਤਾਂ ਕਰਕੇ ਇਹ ਆ ਵੀ ਜਿਵੇਂ ਬੱਚਾ ਪਾਲਣਾ ਸੌਖਾ ਪਰ ਲੈਣਾ ਸੌਖਾ, ਠੀਕ ਹੈ ਨਾ, ਪਰ ਵੇਚਣਾ ਬਹੁਤ ਔਖਾ, ਪਰ ਆਪਾਂ ਨੇ ਇੰਨੇ ਕਿ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਆਪਣਾ ਚੱਲੀ ਜਾਂਦਾ ਸਰਕਲ, ਵੀ ਆਪਾਂ ਨੂੰ ਬੰਦੇ ਨੂੰ ਉਹ ਟੈਨਸ਼ਨ ਫਰੀ ਕਰ ਦਿੰਦੇ ਹਾਂ ਵੀ ਜਿਹਨੇ ਸਾਡੇ ਤੋਂ ਮੀਟਿੰਗ ਕਰਾ ਲਈ ਉਹਨੂੰ ਬੱਚੇ ਵੇਚਣ ਦੀ ਕੋਈ ਟੈਨਸ਼ਨ ਹੀ ਨਹੀਂ, ਬਸ ਆਪਦਾ ਬੱਚੇ ਪਾਲੋ ਤਿਆਰ ਕਰੋ, ਬੱਚੇ ਸੋਹਣੇ ਸਿਹਤ ਹੋਵੇ ਤਾਂ ਉਹਦੇ 'ਚ ਆਪਾਂ ਪੂਰੀ ਹੈਲਪ ਕਰ ਦੇਈਦੀ ਹੈ ਬੰਦੇ ਦੀ। ਜੇ ਮੰਨ ਲਓ ਕੋਈ ਸਾਡੇ ਤੋਂ ਬੱਚਾ ਲੈਂਦਾ ਵੀ ਆ, ਉਹਨੂੰ ਪੂਰਾ ਮੈਡੀਕਲੀ ਜੋ ਵੀ ਮਾੜਾ ਮੋਟਾ ਟ੍ਰੀਟਮੈਂਟ ਜਾਂ ਉਹਦੀ ਡਾਇਟ ਵਗੈਰਾ ਉਹ ਸਾਰਾ ਆਪਾਂ ਈਜ਼ੀਲੀ ਰੱਖ ਦਿੰਦੇ ਹਾਂ ਬੰਦੇ ਲਈ, ਉਹਨੂੰ ਕੋਈ ਦਿੱਕਤ ਨਹੀਂ ਆਉਣ ਦਿੰਦੇ ਹੈਗੇ, ਉਹ ਮਤਲਬ ਮੈਂ ਫੋਨ ਕਰਕੇ ਆਪ ਹੀ ਦੱਸੀ ਜਾਂਦਾ ਜਾਂ ਮੈਨੂੰ ਕੋਈ ਫੋਨ ਵਗੈਰਾ ਪੁੱਛ ਸਕਦਾ। ਮਤਲਬ ਇੰਨਾ ਕਿਹਾ ਵੀ ਮੈਂ ਵੱਧ ਤੋਂ ਵੱਧ ਇਹੀ ਕੋਸ਼ਿਸ਼ ਕਰਦਾ ਹੁੰਦਾ ਵੀ ਜਿਹੜਾ ਬੰਦਾ ਇੱਕ ਵਾਰੀ ਮੇਰੇ ਨਾਲ ਅਟੈਚ ਹੋ ਗਿਆ ਉਹ ਫਰੀ ਮਾਇੰਡ ਹੋ ਕੇ ਇਸ ਨੂੰ ਰੱਖ ਸਕਦਾ ਵਾ, ਉਹਨੂੰ ਇਹ ਦਿੱਕਤ ਨਹੀਂ ਆਊਗੀ ਵੀ ਯਾਰ ਇਹਦਾ ਮੈਂ ਜੇ ਕੋਈ ਟ੍ਰੀਟਮੈਂਟ ਕਰਾਉਣਾ ਜਾਂ ਇਹ ਮੇਟ ਕਿੱਥੋਂ ਕਰਾਉਣੀ ਆ, ਕਦੋਂ ਕਰਾਉਣੀ ਆ, ਇਹਦਾ ਮੈਂ ਮੇਟ ਕਰਾ ਕੇ ਬੱਚੇ ਦਊਂਗਾ ਕਿੱਥੇ ਜਾਂ ਕਿੱਥੋਂ ਮੇਟ ਕਰਾਉਣੀ ਆ, ਉਹ ਬੰਦਾ ਟੈਨਸ਼ਨ ਫਰੀ ਆ। ਜਿਹਨੇ ਸਾਡੇ ਤੋਂ ਇੱਕ ਵਾਰੀ ਬੱਚਾ ਲੈ ਲਿਆ ਅਤੇ ਸਮਝ ਲਓ ਵੀ ਉਹਨੂੰ ਮਤਲਬ ਕਿਸੇ ਵੀ ਤਰੀਕੇ ਦੀ ਹੈਲਪ ਦੀ ਲੋੜ ਆ ਜਾਂ ਕਿਸੇ ਵੀ ਤਰੀਕੇ ਦੀ ਕੋਈ ਵੀ ਸੁਝਾਅ ਲੈਣਾ ਚਾਹੁੰਦਾ ਉਹ ਕਿਸੇ ਵੀ ਟਾਈਮ ਮੈਨੂੰ ਫੋਨ ਕਰ ਸਕਦਾ ਜੀ, ਆਪਾਂ ਇਸ ਚੀਜ਼ ਲਈ ਹਮੇਸ਼ਾ ਤਿਆਰ ਬੈਠੇ ਹਾਂ। ਠੀਕ ਹੈ ਜੀ ਬਾਈ ਪਰਮਿੰਦਰ, ਸੈੱਟ
ਇੱਕ ਤਾਂ ਇੱਧਰ ਜਿਵੇਂ ਕਿ ਬਾਹਰ ਰਾਤ ਨੂੰ ਜਿਵੇਂ ਇੱਧਰ ਖੁੱਲੇ ਕੱਚੇ ਜੇ ਛੱਡਣਾ ਹੋਵੇ ਇੱਧਰ ਪਿਛਲੇ ਸਾਈਡ ਇੱਧਰ ਤੇ ਇੱਥੇ ਕੱਚੇ ਖੁੱਲੇ ਚ ਇੱਥੇ ਛੱਡ ਦੇ ਆ ਆਹ ਜਿਹੜਾ ਜੀ ਆਪਣਾ ਏਰੀਆ ਬਣਾਇਆ ਹੋਇਆ ਇੱਥੇ ਜਿਵੇਂ ਕਿ ਡੋਗ ਨੂੰ ਕਿਉਂਕਿ ਡੋਗ ਜਾਇੰਟ ਬਰੀਡ ਆ ਅਤੇ ਖੁੱਲ੍ਹੇ ਏਰੀਆ 'ਚ ਰਹਿੰਦਾ ਛੋਟੇ ਪਿੰਜਰੇ 'ਚ ਨਹੀਂ ਰਹਿੰਦਾ ਇਹ ਆਪਾਂ ਕੱਚੀ ਥਾਂ ਪ੍ਰੋਵਾਈਡ ਕਰਦੇ ਹਾਂ ਜੀ ਡੋਗ ਦੇ ਵਿੱਚ ਜਿਵੇਂ ਦਿਨੇ ਆਪਾਂ ਬੰਨਣਾ ਵੀ ਆ ਚੈਨ ਦੀ ਬਜਾਏ ਆਪਾਂ ਇਹ ਚੀਜ਼ ਯੂਜ਼ ਕਰਦੇ ਹਾਂ ਵੀ ਤਾਂ ਜੋ ਇਹਦੇ 'ਚ ਖੁੱਲ੍ਹਾ ਰਹਿ ਸਕੇ ਅਤੇ ਆਪਦੀ ਮਰਜ਼ੀ ਨਾਲ ਅੰਦਰ ਕੇਜ 'ਚ ਵੀ ਬਹਿ ਜਾਂਦਾ ਅਤੇ ਆਪਦਾ ਕੱਚੇ 'ਚ ਬਹਿਣਾ ਕੱਚੇ 'ਚ ਪੱਕੇ 'ਚ ਬਹਿਣਾ ਪੱਕੇ 'ਚ ਮਤਲਬ ਉਹਦੀ ਹੈਲਥ ਲਈ ਇਹ ਬਹੁਤ ਵਧੀਆ ਚੀਜ਼ ਆ ਮੈਂ ਹਮੇਸ਼ਾ ਗੱਦੀ ਵਾਲਿਆਂ ਨੂੰ ਇਹੀ ਸੁਜੈਸਟ ਕਰਦਾ ਵੀ ਜੇ ਕਿਤੇ ਆਪਾਂ ਉਹਦਾ ਕੁਛ ਬਣਾਉਣਾ ਤਾਂ ਇੱਦਾਂ ਦਾ ਸੈਟਅਪ ਰੱਖੋ ਇਹਦੇ ਨਾਲ ਨਾ ਡੋਗ ਨੂੰ ਮਤਲਬ ਦਿੱਕਤ ਨਹੀਂ ਆਉਂਦੀ ਹੈ ਕਿਉਂਕਿ ਜਾਇੰਟ ਬਰੀਡ ਨੂੰ ਬਾਲਾ ਨਾ ਛੋਟੇ ਏਰੀਏ 'ਚ ਜਾਂ ਚੈਨ ਤਾਂ ਇਹਨਾਂ ਲਈ ਮੇਰੇ ਹਿਸਾਬ ਨਾਲ ਜ਼ਹਿਰ ਆ ਕਦੇ ਬਾਹਰ ਕਮਾਉਣ ਲਈ ਪਾਉਣੀਆਂ ਪਾ ਲਿਓ ਬਟ ਕਦੇ ਵੀ ਇਹਨੂੰ ਬੰਨਣ ਵਾਸਤੇ ਚੈਨ ਨਾ ਯੂਜ਼ ਕਰੋ ਜੇ ਇੱਦਾਂ ਦਾ ਸੈਟਅਪ ਹੋ ਸਕਦਾ ਤਾਂ ਇਹ ਟਰਾਈ ਕਰੋ ਆਹ ਸਭ ਤੋਂ ਬੈਸਟ ਆ ਮੇਰੇ ਹਿਸਾਬ ਨਾਲ ਬਾਕੀ ਚਲੋ ਜਿਵੇਂ ਜਿਵੇਂ ਆਪਾਂ ਸਿੱਖਦੇ ਜਾਂਦੇ ਹਾਂ ਨਾਲ ਦੀ ਨਾਲ ਦੱਸੀ ਜਾਂਦੇ ਹਾਂ ਵੀ ਕੀ ਕਰਨਾ ਕੀ ਨਹੀਂ ਕਰਨਾ ਜੀ ਹਾਂਜੀ ਆ ਜਾਓ ਮੈਂ ਕੁਛ ਇੱਕ ਛੋਟਾ ਜਿਹਾ ਕੈਨਲ ਇਨਡੋਰ ਕੈਨਲ ਜਿਹਨੂੰ ਆਪਾਂ ਕਹਿੰਦੇ ਹਾਂ ਉੱਦਾਂ ਵੀ ਬਣਾਇਆ ਜੀ ਇੱਕ ਉਹ ਵੀ ਤੁਹਾਨੂੰ ਮੈਂ ਦਿਖਾਉਂਦਾ ਜੀ ਇੱਕ ਛੋਟਾ ਜਿਹਾ ਸੈਟਅਪ ਇਹ ਹੈ ਜੀ ਮਤਲਬ ਅਸੀਂ ਇਹਨਾਂ ਨੂੰ ਜ਼ਿਆਦਾ ਹੀ ਇੱਦਾਂ ਹੀ ਪ੍ਰੋਵਾਈਡ ਕਰਿਆ ਵੀ ਇਹ ਸਾਰੇ ਇੱਦਾਂ ਖੁੱਲ੍ਹੇ ਹੀ ਰਹਿਣ ਅਤੇ ਕੱਚੇ 'ਚ ਹੀ ਰਹਿਣ ਵੀ ਜ਼ਿਆਦਾ ਮਤਲਬ ਪੱਕੀ ਥਾਂ ਦੇ ਨਾਲੋਂ ਕੱਚੇ 'ਚ ਰੱਖਣ ਦੀ ਹੈ ਬਾਕੀ ਅੱਗੇ ਮੇਰਾ ਥੋੜ੍ਹਾ ਹੈ ਵਿਚਾਰ ਵੀ ਜਿਹੜਾ ਅੱਗੇ ਆਪਣਾ ਥੱਲੇ ਥੋੜ੍ਹਾ ਹੈ ਇੱਧਰੋਂ ਲੰਬਾ ਟਰੈਕ ਵਾਂਗੂ ਲਾ ਲਓ ਵੀ ਥੋੜ੍ਹਾ 10x ਚੌੜਾ ਰੱਖ ਕੇ ਅਤੇ ਲੰਬਾ ਟਰੈਕ ਬਣਾਵਾਂਗੇ ਜੀ ਵੀ ਜਿਹਦੇ ਵਿੱਚ ਉਹ ਭੱਜ ਨੱਠ ਸਕਣ ਹੋਰ ਖੁੱਲ੍ਹੇ ਤਰੀਕੇ ਨਾਲ ਪਿਛਲੇ ਵਗਾਰ ਦੇ ਮੁਕਾਬਲੇ ਦੇਖੇ ਬਾਈ ਮਤਲਬ ਆਪਾਂ ਨੇ ਕੰਮ ਵਧਾਈ ਆ ਘਟਾਇਆ ਦੇਖੋ ਇਹ ਤਾਂ ਜੀ ਆਪਾਂ ਕਰਨ ਵਾਲੇ ਕੁਛ ਨਹੀਂ ਇਹ ਰੱਬ ਕਰਦਾ ਜੀ ਜੋ ਵੀ ਕਰਦਾ ਹੈ ਨਾ ਆਪਾਂ ਤਾਂ ਸਿਰਫ ਇੱਕ ਮਿਹਨਤ ਕਰਨ ਤੱਕ ਹੈਗਾ ਜਾਂ ਥੋੜ੍ਹਾ ਜਿਹਾ ਸੋਚ ਚੰਗੀ ਰੱਖੀਏ ਬਾਕੀ ਤਾਂ ਰੱਬ ਆਪ ਹੀ ਕਰੀ ਜਾਂਦਾ ਜੀ ਬਾਕੀ ਵਧਣਾ ਜਿਵੇਂ ਦਾ ਆਪਾਂ ਕੰਮ ਕਰਾਂਗੇ ਜੀ ਜਿੱਦਾਂ ਦਾ ਆਪਾਂ ਲੋਕਾਂ ਨਾਲ ਕਰਾਂਗੇ ਸਾਰਿਆਂ ਦਾ ਹੀ ਸੰਯੋਗ ਨਾਲ ਹੀ ਹੁੰਦਾ ਵਾ ਮਤਲਬ ਇਹ ਆ ਵੀ ਸੋਚ ਚੰਗੀ ਰੱਖੋ ਕੰਮ ਚੰਗਾ ਕਰੋ ਰੱਬ ਆਪ ਹੀ ਫਲ ਲਾਉਂਦਾ ਜੀ ਅਤੇ ਚਲੋ ਅੱਜ ਤੁਹਾਨੂੰ ਅੰਦਰਲਾ ਸੈਟਅਪ ਵੀ ਦਿਖਾਉਂਦੇ ਇਨਡੋਰ ਸੈਟਅਪ ਜਿਹੜਾ ਬਣਾਇਆ ਜੀ ਉਹ ਗਰਮੀਆਂ ਵਾਸਤੇ ਆ ਜੀ